ਸਤਿ ਸ਼੍ਰੀ ਅਕਾਲ ਦੋਸਤੋ, ਆ ਨਾ ਇੱਕ ਬਲੋਕਾਂ ਵਾਲੀ ਕੋਠੀ ਦੀ ਆਪਾਂ ਕੰਕਰੀਟ ਦੇ ਬਲੋਕ ਜਿਹੜੇ ਉਹਦੀ ਆਪਾਂ ਵੀਡੀਓ ਬਣਾਈ ਸੀਗੀ ਅਤੇ ਅੱਜ ਇੱਥੇ ਮੈਂ ਨਾ ਦੁਬਾਰੇ ਪਹੁੰਚਿਆ ਸੀ, ਅੱਜ ਇੱਧਰ ਟਾਈਮ ਲੱਗਿਆ 10 ਮਿੰਟ ਆਏ ਸੀਗੇ ਅਤੇ ਫੁੱਲ ਵੀਡੀਓ ਤਾਂ ਇਹਦੀ ਆਪਾਂ ਪਾਵਾਂਗੇ ਜਦੋਂ ਹਵੇਲੀ ਆਪਣੇ ਇਹ ਤਿਆਰ ਹੋਗੀ। ਪਰ ਇਹ ਜੀ ਇੱਕ ਚੀਜ਼ ਤੁਹਾਨੂੰ ਦਿਖਾਉਣੀ ਬਣਦੀ ਆ, ਜਿਹੜਾ ਬਲੋਕਾਂ ਵਾਲੀ ਕੋਠੀ 'ਤੇ ਪਲਸਤਰ ਹੋਇਆ ਇੰਨੀ ਕੁ ਸਫਾਈ ਮੈਂ ਨਹੀਂ ਦੇਖੀ। ਜਿਵੇਂ ਲੱਕੜ ਨਹੀਂ ਕਹਿੰਦੇ ਹੁੰਦੇ ਵੀ ਸਿਸਟਮ ਕਰਕੇ ਪੂਰਾ ਲਾਈ ਹੁੰਦੀ ਆ, ਉਸ ਤਰ੍ਹਾਂ ਦੀ ਸਫਾਈ ਆ ਪਲਸਤਰ ਦੀ। ਅਤੇ ਇੱਥੇ ਬਾਈ ਨਾਲ ਗੱਲਬਾਤ ਵੀ ਕਰਾਂਗੇ, ਪਹਿਲਾਂ ਤੁਹਾਨੂੰ ਮੈਂ ਦਿਖਾ ਦਾਂ ਥੋੜ੍ਹਾ ਜਿਹਾ। ਅਤੇ ਕਈ ਮੈਸੇਜ ਆਉਂਦੇ ਹੁੰਦੇ ਸੀਗੇ ਵੀ ਬਿਜਲੀ ਦਾ ਕਿਵੇਂ, ਆਹ ਦੇਖੋ ਆਹ ਸਾਰਾ ਸਿਸਟਮ, ਸਾਰਾ ਕੁਛ ਸਿਸਟਮ ਵਧੀਆ ਬਣਿਆ ਹੋਇਆ ਹੈਗਾ। ਅਤੇ ਪਲਸਤਰ ਤੁਹਾਨੂੰ ਦਿਖਾ ਦਾਂ ਇੱਕ ਵਾਰ, ਫਿਰ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ। ਦੇਖੋ ਤੁਸੀਂ ਕਿੰਨਾ ਸੋਹਣਾ, ਮਤਲਬ ਇੰਨੀ ਸਫਾਈ ਨਹੀਂ ਦੇਖੀ ਜੀ ਮੈਂ ਪਲਸਤਰ ਦੀ ਕਦੇ। ਇੱਧਰ ਹਜੇ ਰਹਿੰਦਾ ਹੈਗਾ ਪਲਸਤਰ, ਅਤੇ ਇਹ ਇਹ ਤੁਹਾਨੂੰ ਸੱਚ ਦਿਖਾ ਦਈਏ, ਇਹ ਬਲੋਕ ਆ ਗਏ ਬਾਈ। ਸਤਨਾਮ, ਦਰਸ਼ਕਾਂ ਨਾਲ ਥੋੜ੍ਹੀ ਜਿਹੀ ਜਾਣਕਾਰੀ ਸ਼ੇਅਰ ਕਰੀਏ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਬਾਈ ਪਲਸਤਰ ਦੀ ਸਫਾਈ ਦੇਖ ਕੇ ਦਿਲ ਖੁਸ਼ ਹੋ ਗਿਆ ਯਾਰ, ਇਹ ਬਲੋਕ ਕਰਕੇ ਆਈ ਹੈ ਬਾਈ ਸਾਰੀ? ਹਾਂ ਬਲੋਕ ਕਰਕੇ ਆ ਬਾਈ, ਇੱਕ ਤਾਂ ਦੂਜਾ ਬਾਈ ਮਿਸਤਰੀ ਦੀ ਕਾਰੀਗਰੀ ਹੈ। ਨਹੀਂ ਇਹ ਪਹਿਲਾਂ ਬਲੋਕ 'ਤੇ ਜੇ ਮੈਂ ਇੱਧਰਲੇ ਰੂਮ 'ਚ ਦੇਖ ਰਿਹਾ, ਪਹਿਲਾਂ ਇਹ ਊਂ ਮਾਰੇ ਹੋਏ, ਮਤਲਬ ਵੀ ਇੱਕ ਵਾਰ ਪਲਸਤਰ ਕੱਚਾ। ਹਾਂ ਕਿਹੜਾ ਬਾਈ, ਨਿਰਾ ਮਾਰਿਆ ਹੋਇਆ ਇਕੱਲਾ। ਆਓ ਦਿਖਾ ਦਈਏ ਆਪਾਂ ਇੱਕ ਵਾਰ, ਹੁਣ ਕਿਹੜੇ ਉਹ 'ਚੋਂ ਬੱਜਿਆ ਹੋਇਆ ਹੈਗਾ। ਅੱਛਾ, ਨਿਰਾ ਮਾਰ ਕੇ ਉਸ ਤੋਂ ਬਾਅਦ ਪੱਕਾ ਕੀਤਾ ਹੈਗਾ। ਆਹ ਦੇਖੋ ਜੀ ਤੁਸੀਂ ਕਿੰਨਾ ਸਾਫ਼ ਸੁਥਰਾ ਪਲਸਤਰ ਹੈਗਾ, ਬਿਲਕੁਲ ਸਾਫ਼ ਹੈ। ਇਹ ਤਾਂ ਬਾਈ ਇੱਥੇ ਟਾਇਲ ਲੱਗਣੀ ਆਪਣੇ ਸਾਰੇ, ਠੀਕ ਹੈ, ਕੱਚਾ ਕੀਤਾ ਹੋਇਆ ਇਹ ਤਾਂ ਕੱਚਾ ਜੀ, ਬਾਕੀ ਇਹ ਪਲਸਤਰ ਮਾਰੋ ਵੀ ਸਾਰਾ ਸਾਫ਼ ਹੈ, ਕਿਤੇ ਵੀ ਉੱਚਾ ਨਹੀਂ ਮਾਰੀ। ਹਾਂ ਯਾਰ ਪਤਾ ਲੱਗਦਾ ਨਾ, ਕੈਮਰੇ 'ਚ ਵੀ ਪਤਾ ਲੱਗਦਾ, ਊਂ ਦੇਖਦੇ ਉਹ ਵੀ ਪਤਾ ਲੱਗਦਾ ਬਾਈ। ਹਾਂ ਤੇ ਸਮਿੰਟ ਕਿਹੜਾ ਵਰਤਿਆ ਬਾਈ? ਸਮਿੰਟ ਬਾਈ ਬੰਡਰ ਯੂਜ਼ ਕੀਤਾ ਹੋਇਆ, ਬੰਡਰ ਯੂਜ਼ ਕੀਤਾ, ਉਹਦੀ ਏਜੰਸੀ ਸੀ ਮੇਰੇ ਕੋਲ, ਉਹ ਵੀ ਬਹੁਤ ਮਾਰਤੇ। ਠੀਕ ਹੈ ਬਾਈ, ਠੀਕ ਹੈ। ਤੇ ਬਾਈ ਆ ਜਾਓ ਆਪਾਂ ਇੱਧਰ ਕਰਦੇ ਨਾਲੇ ਗੱਲਬਾਤ। ਇੱਕ ਬਾਈ ਆਹ ਬਿਜਲੀ ਵਾਲੇ ਨਾ ਤਾਰਾਂ 'ਚ, ਜਿਵੇਂ ਆਹ ਬਾਈ ਬਲੋਕ ਨੇ, ਤੁਹਾਨੂੰ ਬਾਹਰ ਵੀ ਦਿਖਾਏ ਆ, ਇਹ ਬਲੋਕ ਦੇ ਨਾਲ ਬਣੀ ਹੋਈ ਹੈ ਸਾਰੀ ਕੋਠੀ। ਕਈਆਂ ਨੂੰ ਵਹਿਮ ਸੀ ਵੀ ਉਹ ਟੁੱਟ ਜਾਣਗੇ, ਪਰ ਉਦੋਂ ਵਾਲੇ ਅਸੀਂ ਪਏ ਨੇ, ਹਜੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ। ਆਹ ਬਾਈ ਜਾਲੀ ਦੇ ਕਾਹ ਕੀ ਲਾਇਆ, ਤਾਰਾਂ ਜੀਆਂ ਕੀ ਲਾਈਆਂ ਨੇ, ਕੀ ਜਗਾੜ ਹੈ? ਇਹ ਬਾਈ ਬਿਜਲੀ ਦੀ ਫਿਟਿੰਗ ਵਾਸਤੇ ਹੈ। ਠੀਕ ਹੈ। ਤੇ ਇਹ ਜਿਹੜੀ ਜਾਲੀ ਹੈ ਜੀ, ਹਾਂਜੀ, ਇਹ ਮਿਸਤਰੀ ਨੇ ਸਪੈਸ਼ਲ ਆ ਵੀ ਇਹ 'ਤੇ ਕਰੈਕ ਨਾ ਆਵੇ ਕਿਤੇ ਵੀ, ਠੀਕ ਹੈ, ਸ਼ੋਅ ਨਾ ਹੋਵੇ ਜਿੱਥੇ ਆਪਾਂ ਪੈਪ ਪਾਈ ਹੈ, ਉਹ ਏਰੀਆ ਘੱਟ ਰਹਿੰਦਾ, ਪੈਪ ਆ ਜਾਂਦੀ ਹੈਗੀ, ਠੀਕ ਹੈ ਜੀ। ਅਤੇ ਪਲਸਤਰ ਨੂੰ ਸੀਮੈਂਟ ਘੱਟ ਮਿਲਦਾ, ਉਸ ਕਰਕੇ ਉਹ ਲਾਈ ਹੈ, ਅਤੇ ਕਿਤੇ ਵੀ ਕਰੈਕ ਆ ਜਾਂ ਕਿਤੇ ਵੀ ਪਿੱਲਰ ਹੈ ਸ਼ੋਅ ਨਹੀਂ ਹੋਊਗਾ। ਅੱਛਾ ਜੀ, ਆਹ ਉੱਪਰ ਤੱਕ ਆਪਾਂ ਦੇਖ ਸਕਦੇ ਹਾਂ ਦਰਸ਼ਕ ਵੀਰੋ, ਠੀਕ ਹੈ ਜੀ। ਮਤਲਬ ਇਹਨੂੰ ਸਪੋਰਟ ਵਾਸਤੇ ਮੂਹਰੇ ਆਪਾਂ ਇੱਕ ਤਰ੍ਹਾਂ ਜਾਲ ਵਿਛਾ ਦਾ। ਹਾਂ, ਜਾਲ ਵਿਛਾ ਦਾ, ਠੀਕ ਹੈ ਬਾਈ। ਕੋਈ ਪੈਪ ਟੁੱਟੀ ਹੋਵੇ ਜਾਂ ਕੁਛ, ਹੁਣ ਤਾਂ ਜਮਾਂ ਪਲਸਤਰ ਹੋ ਗਏ, ਦੁਬਾਰਾ ਤਾਂ ਕੋਈ ਹੱਲ ਵੀ ਨਹੀਂ ਹੁੰਦਾ, ਕੋਈ ਦਿੱਕਤ ਨਹੀਂ ਬਾਈ, ਕੋਈ ਪ੍ਰੋਬਲਮ ਨਹੀਂ ਆਈ ਹੈ, ਕੋਈ ਪ੍ਰੋਬਲਮ, ਜਮਾਂ ਓਕੇ ਰਿਪੋਰਟ ਕੰਮ ਹੈ, ਬਿਲਕੁਲ ਬਾਈ। ਕਿੰਨਾ ਕੁ ਟਾਈਮ ਲੱਗ ਜਾਊ ਬਾਈ ਕੰਪਲੀਟ ਹੋਣ 'ਤੇ? ਕੰਪਲੀਟ ਹੋਣ 'ਤੇ ਬਾਈ ਹਲੇ 6-7 ਮਹੀਨੇ ਹੋਰ ਲੱਗ ਜਾਂਦੇ। ਤੇ ਉਹ ਬਚਤ ਕਿੰਨੀ ਕੁ ਹੁੰਦੀ ਸਮਿੰਟ ਦੀ, ਜੇ ਆਪਾਂ ਇੱਟਾਂ ਵਾਲੇ ਪਲਸਤਰ ਨਾਲ ਕਰੀਏ, ਵੀ ਇੱਟਾਂ ਦੇ ਕਰਦੇ ਜਦੋਂ ਆਪਾਂ ਜਾਂ ਇਹਦੇ ਕਰਿਆ ਬਲੋਕ 'ਤੇ? ਸਾਰੀ ਟੋਟਲ ਅਮਾਊਂਟ 'ਚੋਂ ਵੀ 10% ਦੀ ਬਚਤ ਹੈਗੀ ਹੈ, ਠੀਕ ਹੈ। ਤੇ ਮਜ਼ਬੂਤੀ ਵਾਲਾ ਤਾਂ ਕੋਈ ਚੱਕਰ ਹੀ ਨਹੀਂ ਰਿਹਾ ਨਾ ਬਾਈ? ਕੋਈ ਚੱਕਰ ਨਹੀਂ, ਬਿਲਕੁਲ ਨਹੀਂ। ਉਦੋਂ ਜ਼ਿਆਦਾ ਕੁਐਸਚਨ ਇਹੀ ਆ ਰਹੇ ਸੀਗੇ ਵੀ ਮਜ਼ਬੂਤੀ ਦਾ, ਅਤੇ ਜਾਂ ਕਹਿੰਦੇ ਸੀਗੇ ਬਿਜਲੀ ਲਈ ਤਾਰਾਂ ਕਿਵੇਂ ਫਿੱਟ ਕਰਨਗੇ। ਆਹ ਦੇਖ ਸਕਦੇ ਤੁਸੀਂ ਸਾਰੀਆਂ ਪੈਪਾਂ ਬਾਈ ਹੋਰ ਇਹਨਾਂ ਕੱਢੀਆਂ ਹੋਈਆਂ ਨੇ, ਅਤੇ ਇੱਧਰ ਤੁਹਾਨੂੰ ਬਾਹਰੋਂ ਵੀ ਦਿਖਾ ਦਿੰਦੇ ਹੈਗੇ, ਹਜੇ ਕੰਮ ਚੱਲ ਰਿਹਾ ਹੈਗਾ। ਤੀਜੀ ਮੰਜ਼ਿਲ ਹੈ ਨਾ, ਤਿਆਰ ਹੋ ਰਹੀ ਹੈ ਨਾ ਬਾਈ ਸਤਨਾਮ? ਆਹ ਦੇਖੋ ਜੀ ਬਲੋਕ ਵਾਲੀ ਕੋਠੀ ਆ, ਅਤੇ ਜੇ ਕਿਸੇ ਨੇ ਬਾਈ ਦੇਖਣੀ ਹੋਈ ਪਿੰਡ ਝੰਡੂਗੇ, ਬਾਈ ਦਾ ਨੰਬਰ ਆਪਾਂ ਦੁਬਾਰੇ ਵੀ ਲੈ ਲੈਂਦੇ ਹਾਂ, ਅਤੇ ਬਾਈ ਦਾ ਇੱਕ ਪੇਜ ਵੀ ਆ, ਕਿਸਾਨ ਕਿਸਾਨੀ ਅਤੇ ਜਵਾਨੀ, ਹੈ ਨਾ। ਅਤੇ ਬਾਈ ਆਪਣਾ ਨੰਬਰ ਵੀ ਦੱਸ ਦਿਓ ਇੱਕ ਵਾਰ। 9647-76138। 76138, ਠੀਕ ਹੈ ਜੀ। ਅਤੇ ਬਾਈ ਊਂ ਜਿਵੇਂ ਹੁਣ ਤੇਰੇ ਦੋਸਤ ਮਿੱਤਰ ਆਉਂਦੇ ਨੇ, ਮੈਂ ਵੀ ਆ ਕੇ ਤੈਨੂੰ ਇਹੀ ਗੱਲ ਕਹੀ ਆ ਵੀ ਇੰਨਾ ਸਾਫ਼ ਪਲਸਤਰ ਵੀ ਇੰਨਾ ਦੇਖਿਆ ਪਹਿਲਾਂ ਕਿਤੇ? ਨਹੀਂ, ਪਹਿਲਾਂ ਦੇਖਿਆ ਨਹੀਂ ਬਾਈ। ਆਪਣੇ ਨਾ ਇੱਕ ਚੰਡੀਗੜ੍ਹ ਤੋਂ ਆਏ ਸੀਗੇ, ਹਾਂਜੀ, ਸੀਗੇ NRI ਫੈਮਿਲੀ, ਉਹ ਕੰਟਰੈਕਟਰ ਨੇ ਬਾਹਰ, ਠੀਕ ਹੈ ਜੀ। ਅਤੇ ਉਹਨਾਂ ਨੇ ਆ ਕੇ ਆਪਣਾ, ਉਹਨਾਂ ਕੋਲ ਇੰਸਟਰੂਮੈਂਟ ਸੀਗੇ, ਕੋਈ ਮਸ਼ੀਨਾਂ, ਠੀਕ ਹੈ ਬਾਈ, ਉਹ ਸਾਰੇ ਪਲਸਤਰ ਤੇ ਉਹਨਾਂ ਨੇ ਸਕੇਲ ਕਰਕੇ ਦੇਖਿਆ ਸੀ। ਅੱਛਾ ਬਾਈ। ਹਾਂ, ਉਹ ਕਹਿੰਦੇ ਵੀ ਬਿਲਕੁਲ 0 ਲੈਵਲ 'ਚ। ਅੱਛਾ, ਬਿਲਕੁਲ 0 ਲੈਵਲ 'ਚ ਪਲਸਤਰ ਹੈ ਆਪਣਾ। ਹਾਂ, ਮਤਲਬ ਕਿਸੇ ਪਾਸੇ ਉੱਚਾ ਨਹੀਂ ਵਾਲੀ, ਉੱਤੋਂ ਬਈ ਜਿਵੇਂ ਅੱਜ ਮੀਂਹ ਪਈ ਜਾਂਦਾ ਹੈ ਨਾ, ਕਿਸੇ ਪਾਸੇ ਕੋਈ ਸਲਾਬ ਸੇਕਲ ਜਾਂ ਕੁਛ ਵੀ ਪ੍ਰੋਬਲਮ ਨਹੀਂ, ਕੋਈ ਪ੍ਰੋਬਲਮ ਨਹੀਂ ਹੋਈ। ਹਾਂ, ਇਹ ਉੱਪਰ ਚਲਾਈ ਲੱਗ ਰਹੀ ਹੈ ਤੁਸੀਂ, ਠੀਕ ਹੈ ਜੀ, ਲੈ ਸਕਦੇ, ਠੀਕ ਹੈ ਜੀ। ਇੱਧਰੋਂ ਦਿਖਾ ਦਿੰਦੇ ਆਪਾਂ ਇੱਕ ਵਾਰ ਦਰਸ਼ਕਾਂ ਨੂੰ। ਆਹ ਦੇਖੋ ਜੀ ਕਿੰਨੀ 0 ਲੈਵਲ ਦਾ ਪਲਸਤਰ ਇਹ ਹੁੰਦਾ ਬਈ। ਇੱਧਰ ਚੱਲ ਰਹੀ ਹੈ ਬਈ? ਹਾਂ, ਉੱਪਰ ਆ ਬਈ, ਠੀਕ ਹੈ ਬਈ, ਠੀਕ ਹੈ। ਅਤੇ ਇਹ ਆ ਗਏ ਹਰੇ ਭਰੇ ਖੇਤ ਪਈ ਸਾਡੇ ਪੰਜਾਬ ਦੇ, ਬਹੁਤ ਸੋਹਣਾ ਬਈ। ਅੱਗੇ ਫੁੱਲ ਬਲੋਕ ਲੈ ਕੇ ਆਵਾਂਗੇ ਜੀ ਦੁਬਾਰੇ, ਹਜੇ ਬਾਈ ਦਾ ਨਾ ਕੰਮ ਕੰਪਲੀਟ ਹੋ ਜਾਂਦਾ, ਅਤੇ ਉਦੋਂ ਆਪਾਂ ਗੱਲਬਾਤ ਕਰਾਂਗੇ, ਅਤੇ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇਵਾਂਗੇ। ਬਹੁਤ ਬਹੁਤ ਧੰਨਵਾਦ ਬਾਈ ਸਤਨਾਮ। ਠੀਕ ਹੈ ਬਾਈ, ਧੰਨਵਾਦ ਜੀ।